पंजाब डेमोक्रेटिव अलायंस नाल जुड़े सिमरनजीत सिंह बैंस अज अमृतसर पहुंचे, जिथे उन्होंने प्रेस कॉन्फ्रेंस की। इस दौरान उन्होंने पानी बचाने लई सूबा सरकार खिलाफ चलाई गई मुहिम नाल लोगों नूं जुड़न दी गल की। इस विचाले पत्रकारां नाल गल करदे होए उन्होंने कहा कि साडा पानी साडा हक लई ओह अज इत्थे आए हन। ओह हर घर तक जाणगे अते नाल ही ओह अज हर व्यक्ति नूं जागरूक करन आए कि पानी लई जो पैसे हन ओह लए जाण। उन्होंने कहा कि इस दे लई ओह पंजाब विधानसभा च आवाज बुलंद कर चुके, पर 3 सालों तो इस पानी के पैसे नहीं ले गए। उधर जो पानी राजस्थान नु गया है उन्हें रोकिया जाए, इस नु पलट के यह पानी किसानों नु दिता जाए, इस नाल किसानों की पानी की समस्या हल हो जाएगी। नाल ही उन्होंने कहा कि उन्होंने जनता का भरपूर सहारा मिल रहा है। उत्थे इस विचाले सिमरनजीत सिंह बैंस नु फिल्मी बुखार चढ़ गया अते उन्होंने कहा कि जेकर जनता ने उन्होंने मौका दिता तो वह नायक फिल्म की तरह सरकार चलाएंगे। जिवें उस फिल्म च अनिल कपूर ने भ्रष्टाचार खिलाफ काम किया, अजिहा ही काम करेंगे। इस अंदाज च काम करेंगे ते नाइक फिल्म दी तरह सरकार चला के दिखाउणगे। ਦੀ ਨਗਰੀ ਗੁਰਦਾਸ ਸਾਹਿਬ ਦੀ ਪਵਿੱਤਰ ਧਰਤੀ ਨਤਮਸਤਕ ਹੋ ਜਾਣ, ਗੁਰੂ ਸਾਹਿਬ ਤੋਂ ਆਸ਼ੀਰਵਾਦ ਓਟ ਆਸਰਾ ਲੈਣ ਲਈ, ਸਾਡਾ ਪਾਣੀ ਸਾਡਾ ਹੱਕ। ਜਲ ਅੰਦੋਲਨ ਹੈਗਾ, ਇਸ ਜਲ ਤੇ ਜਨ ਅੰਦੋਲਨ ਨੂੰ ਅਸੀਂ ਪੰਜਾਬ ਦੇ ਹਰ ਘਰ ਤੱਕ ਪਹੁੰਚਦਾ ਕਰਨ ਦਾ ਟੀਚਾ, ਬੜਾ ਸਰਲ ਭਾਸ਼ਾ ਦੇ ਵਿੱਚ ਅਸੀਂ ਇਹ ਲਿਟਰੇਚਰ ਪ੍ਰਿੰਟ ਕਰਾਇਆ, ਜਿਹਦੇ ਤਹਿਤ ਇਹਨੂੰ ਪੜ੍ਹਨ ਤੋਂ ਬਾਅਦ ਪੰਜਾਬ ਦਾ ਹਰ ਵਾਸੀ, ਚਾਹੇ ਉਹ ਕਿਸੇ ਧਰਮ ਜਾਤ ਦਾ, ਕਿਸੇ ਪਾਰਟੀਆਂ ਸੰਬੰਧ ਰੱਖਣ ਵਾਲਾ, ਉਹਨੂੰ ਪੂਰੀ ਜਾਣਕਾਰੀ ਮਿਲ ਜਾਵੇ ਵੀ ਇਹ ਸਾਡਾ ਕਾਨੂੰਨ ਅਧਿਕਾਰ ਹੈ ਅਤੇ ਇਹ ਪਾਣੀ ਦੀ ਕੀਮਤ ਲਏ ਬਿਨਾਂ ਸਾਡੀ ਗੱਡੀ ਨਹੀਂ ਚੱਲਣੀ, ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਨਹੀਂ ਉਤਰਨੀ, ਪੰਜਾਬ ਦਾ ਤਰਜਾਈ ਕਰਜ਼ਾ ਮੁਕਤ ਨਹੀਂ ਹੋਣਾ। ਸੋ ਅਸੀਂ ਪਹਿਲੇ ਪੜਾਅ ਦੇ ਵਿੱਚ 21 ਲੱਖ ਲੋਕਾਂ ਤੋਂ ਦਿੱਤਾ ਸੀ ਇਹ ਹਰ ਘਰ ਪਹੁੰਚਦਾ ਕਰਾਂਗੇ ਲਿਟਰੇਚਰ ਜਾਣਕਾਰੀ ਨਾਲ ਭਰਪੂਰ, ਅਤੇ ਦੂਸਰਾ 21 ਲੱਖ ਲੋਕਾਂ ਦੇ ਸਾਈਨ ਕਰਾ ਕੇ ਇੱਕ ਪਟੀਸ਼ਨ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਦੇ ਵਿੱਚ ਕੇਸ ਦਾਇਰ ਕਰਾਂਗੇ ਤਾਂ ਜੋ ਪੰਜਾਬ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਪਾਸ ਹੋਏ ਮਤੇ ਅਨੁਸਾਰ, ਜਿਹਦੇ ਵਿੱਚ ਸਰਕਾਰ ਨੂੰ ਹੁਕਮ ਕੀਤਾ ਅਸੈਂਬਲੀ ਨੇ ਦਿੱਲੀ ਰਾਜਸਥਾਨ ਹਰਿਆਣਾ ਤੋਂ ਪਾਣੀ ਦੀ ਕੀਮਤ ਵਸੂਲੋ, ਇਹਦੇ ਲਈ ਸਰਕਾਰ ਨੂੰ ਹੁਕਮ ਕਰਾਏ ਜਾ ਸਕਣ ਵੀ ਤੁਸੀਂ 3 ਸਾਲ ਲੰਘੇ 16 ਨਵੰਬਰ 2016 ਤੋਂ ਪਾਣੀ ਦੀ ਕੀਮਤ ਦਾ ਬਿੱਲ ਬਣਾ ਕੇ ਕਿਉਂ ਨਹੀਂ ਭੇਜੇ। ਅਦਰ ਦੈਨ ਜੇ ਪਾਣੀ ਦੀ ਕੀਮਤ ਵਸੂਲ ਨਹੀਂ ਕਰਨੀ, ਪਾਣੀ ਕਰੋ ਰਾਜਸਥਾਨ ਨੂੰ ਜਾਂਦਾ ਬੰਦ, 11.2 MF ਪਾਣੀ ਜਾ ਰਿਹਾ, ਪਾਣੀ ਬੰਦ ਕਰਕੇ ਇਹ ਪਾਣੀ ਦਿਓ ਪੰਜਾਬ ਦੇ ਕਿਸਾਨ ਨੂੰ, ਜਿਹੜੇ 14 ਲੱਖ ਟਿਊਬਲ ਜਿਨ੍ਹਾਂ ਉੱਤੇ ਸਾਲਾਨਾ ਖਰਚਾ ਡੀਜ਼ਲ ਬਿਜਲੀ ਮੈਂਟੇਨੈਂਸ ਖਾਦਾਂ ਦਾ ਤਕਰੀਬਨ 25,000 ਕਰੋੜ ਰੁਪਈਆ ਪੰਜਾਬ ਦਾ ਖਰਚ ਹੋ ਰਿਹਾ। ਇੱਕ ਤਾਂ ਇਹ 25,000 ਕਰੋੜ ਰੁਪਈਆ ਬਚਾਈਏ ਅਤੇ ਦੂਸਰਾ ਜਿਹੜੇ 14 ਲੱਖ ਟਿਊਬਲ ਧਰਤੀ ਥੱਲਿਓਂ ਪਾਣੀ ਧੜਾ ਧੜ ਕੱਢ ਰਿਹਾ, ਮਜੋਰਿਟੀ ਦੇ ਵਿੱਚ ਪੰਜਾਬ ਡਾਰਕ ਜ਼ੋਨ ਹੋਣ ਜਾ ਰਿਹਾ, ਬੰਜਰ ਧਰਤੀ ਹੋਣ ਜਾ ਰਹੀ ਹੈ, ਉਹ ਅਸੀਂ ਰੋਕ ਸਕੀਏ। ਇਸ ਕਰਕੇ ਅੱਜ ਬਹੁਤ ਵੱਡੀ ਗਿਣਤੀ, ਮੈਂ ਸਾਰੇ ਦੋਸਤਾਂ ਦਾ ਰਿਣੀ ਹੈ, ਬਹੁਤ ਵੱਡੀ ਗਿਣਤੀ ਜੇ ਲੋਕ ਇਸ ਮੁਹਿੰਮ ਦਾ ਹਿੱਸਾ ਬਣ ਗਏ। ਅੰਮ੍ਰਿਤਸਰ ਤੋਂ ਕੈਮਰਾਮੈਨ ਰਾਜੀਵ ਸ਼ਰਮਾ ਦੇ ਨਾਲ ਹਨੀ ਮਹਿਰਾ, ਜੀਵੇ ਪੰਜਾਬ।